हेलो एवरीवन वेलकम टू आर्किटेक्निकल आज दिस वीडियो ਦੇ ਵਿੱਚ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਪ੍ਰਪਰੇਸ਼ਨ ਆਫ ਮੈਲੀਟੋਰੀਅਸ ਐਂਟਰਸ ਫੋਰ ਕਲਾਸ +1 ਅੱਜ ਦੀਸ ਵੀਡੀਓ ਦੇ ਵਿੱਚ ਅਸੀਂ ਸਾਇੰਸ ਸਬਜੈਕਟ ਨੂੰ ਅੰਡਰਸਟੈਂਡ ਕਰਨ ਜਾ ਰਹੇ ਹਾਂ ਸੋ ਇਹ ਸਾਡਾ ਫਰਸਟ ਲੈਕਚਰ ਹੈ ਸਾਇੰਸ ਦਾ ਸੋ ਸਾਡੇ ਨਾਲ ਬਣੀ ਰਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਸਟਾਰਟ ਕਰਦੇ ਹਾਂ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਫਰਸਟ ਲੈਸਨ ਸਾਇੰਸ ਦੇ ਫਰਸਟ ਲੈਸਨ ਸਟਾਰਟ ਕਰਨ ਜਾ ਰਹੇ ਹਾਂ that is ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨਸ ਸੋ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨਸ ਦੇ ਵਿੱਚ ਕਿਹੜੇ ਇੰਪੋਰਟੈਂਟ MCQ ਬਣ ਸਕਦੇ ਨੇ ਜੋ ਕਿ ਮੈਰਿਟੋਰੀਅਸ ਐਂਟ੍ਰੈਂਸ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ ਸੋ ਸਟੂਡੈਂਟਸ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਮੇਨਲੀ ਜਿਹੜੇ ਕੁਐਸਚਨ ਆਂਦਾ ਹੈ ਪਿਛਲੇ ਸਾਲਾਂ ਦੇ ਕੁਐਸਚਨ ਪੇਪਰ ਦੇ ਵਿੱਚ ਤੁਸੀਂ ਦੇਖਿਆ ਆਏਗਾ ਕਿ ਜਿਹੜੇ ਰਿਐਕਸ਼ਨ ਨਾਲ ਰਿਲੇਟਡ ਕੁਐਸਚਨ ਨੇ ਰਿਐਕਸ਼ਨ ਦੀ ਜਿਹੜੀ ਟਾਈਪਸ ਹੈ ਉਹਦੇ ਨਾਲ ਰਿਲੇਟਡ ਕੁਐਸਚਨ ਜਿਹੜੇ ਨੇ ਉਹ ਕਾਫੀ ਵਾਰ ਪਿਛਲੇ ਸਾਲਾਂ ਦੇ ਐਂਟ੍ਰੈਂਸ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਆ ਸੋ ਅੱਜ ਅਸੀਂ ਇਦਾਂ ਦੇ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ ਐਮਟੀਕਿਊਜ਼ ਜਿਹੜੇ ਮੈਰੀਟੋਰੀਅਸ ਐਂਟ੍ਰੈਂਸ ਦੇ ਵਿੱਚ ਆ ਸਕਦੇ ਨੇ ਸੋ ਸਟਾਰਟ ਕਰਦੇ ਹਾਂ ਸਟੂਡੈਂਟਸ ਜਿਹੜਾ ਪਹਿਲਾ ਟੌਪਿਕ ਮੇਨ ਇਹਦੇ ਵਿੱਚ ਹੈਗਾ ਆ ਉਹ ਹੈਗਾ ਰਿਐਕਸ਼ਨਸ ਦਾ ਰਿਐਕਸ਼ਨਸ ਦੀਆਂ ਟਾਈਪਸ ਨਾਲ ਰਿਲੇਟਡ ਜਿਹੜੇ ਕੁਐਸਚਨ ਆ ਉਹ ਇੰਪੋਰਟੈਂਟ ਬਣ ਸਕਦੇ ਨੇ ਜਿਵੇਂ ਫਰਸਟ ਟਾਈਪ ਅਸੀਂ ਦੇਖਦੇ ਆ ਇਹਦੇ ਵਿੱਚ ਡਿਸਪਲੇਸਮੈਂਟ ਰਿਐਕਸ਼ਨ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਵੀ ਸਥਾਪਨ ਅਸੀਂ ਦੋਨਾਂ ਮੀਡੀਅਮਸ ਦੇ ਵਿੱਚ ਕਵਰ ਕਰਾਂਗੇ ਬਿਕਾਜ਼ ਮੈਰੀਟੋਰੀਅਸ ਦੀ ਜਿਹੜੀ ਸਾਰੀ ਪੜ੍ਹਾਈ ਹੈ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਹੁੰਦੀ ਹੈ। ਤੁਸੀਂ ਟਰਾਈ ਕਰੋ ਕਿ ਨਾਲ ਦੇ ਨਾਲ ਤੁਸੀਂ ਇੰਗਲਿਸ਼ ਨੂੰ ਵੀ ਕੈਪਚਰ ਕਰ ਸਕੋ। ਠੀਕ ਹੈ ਪੰਜਾਬੀ ਦੇ ਨਾਲ ਨਾਲ ਅਸੀਂ ਸਮਝਾਂਗੇ। ਸੋ ਡਿਸਪਲੇਸਮੈਂਟ ਰਿਐਕਸ਼ਨਸ ਕੀ ਹੁੰਦੇ ਨੇ? ਸਟੂਡੈਂਟਸ ਦੇਖੋ ਜਿਵੇਂ ਦੋ ਐਲੀਮੈਂਟਸ ਨੇ ਅਸੀਂ ਦੋ ਐਲੀਮੈਂਟ ਲੈਂਦੇ ਆ ਏ ਔਰ ਬੀ bc ਇਹ ਸਾਡੇ ਕੋਲ ਦੋ ਐਲੀਮੈਂਟਸ ਨੇ ਜਦੋਂ ਇਹਨਾਂ ਨੇ ਰਿਐਕਸ਼ਨ ਕੀਤੀ ਨਾ a ਕੀ ਬਣਾਣਗੇ ਜਦੋਂ a ਏ ਔਰ b ਔਰ c ਇਕੱਲਾ ਬਣਾਉਂਦੇ ਆ ਸੋ ਦੇਖੋ ਇਹਦੇ ਵਿੱਚ ਕੀ ਹੋਇਆ ਕਿ a ਜਿਹੜਾ ਆ ਐਲੀਮੈਂਟ ਆ ਉਹਨੇ ਜਿਹੜਾ bc ਦੇ ਵਿੱਚ ਜਿਹੜਾ b c ਦੇ ਨਾਲ b ਐਲੀਮੈਂਟ ਲੱਗਾ ਆ ਉਹਨੂੰ ਡਿਸਪਲੇਸ ਕਰ ਦਿੱਤਾ ਠੀਕ ਹੈ a ਨੇ ਇਹਦਾ ਐਲੀਮੈਂਟ ਜਿਹੜਾ b ਐ ਉਹ ਖੋਲਿਆ ਅਸੀਂ ਕਹਿ ਸਕਦੇ ਹਾਂ ਠੀਕ ਹੈ ਤਾਂ ਇੱਕ ਨਵਾਂ ਐਲੀਮੈਂਟ ਬਣ ਗਿਆ ab ਕੰਪਾਊਂਡ ਬਣ ਗਿਆ ਸਾਡੇ ਕੋਲ ਠੀਕ ਹੈ ਔਰ c ਜਿਹੜਾ ਆ ਉਹ ਇਕੱਲਾ ਰਹਿ ਗਿਆ ਸੋ ਇਹਨੇ ਇਹਨੇ ਕੀਤਾ bc ਦੇ ਵਿੱਚੋਂ p ਨੂੰ ਡਿਸਪਲੇਸ ਕਰ ਦਿੱਤਾ ਵਿਸਥਾਪਿਤ ਕਰ ਦਿੱਤਾ ਠੀਕ ਹੈ ਜਦੋਂ ਇਦਾਂ ਦੀ ਕੋਈ ਰਿਐਕਸ਼ਨ ਹੋਵੇ ਜਿਦੇ ਵਿੱਚ ਇੱਕ ਜਿਹੜਾ ਤੱਤ ਹੈ ਉਹ ਦੂਸਰੇ ਯੋਗਿਕ ਦੇ ਵਿੱਚੋਂ ਕਿਸੇ ਤੱਤ ਨੂੰ ਡਿਸਪਲੇਸ ਕਰ ਲਵੇ ਉਹਨੂੰ ਅਸੀਂ ਕਹਿੰਦੇ ਹਾਂ ਡਿਸਪਲੇਸਮੈਂਟ ਰਿਐਕਸ਼ਨ ਇਹ ਕੁਐਸਚਨ ਕਿਵੇਂ एग्जाम ਦੇ ਵਿੱਚ ਪੁੱਛਿਆ ਜਾ ਸਕਦਾ ਆ ਸਾਨੂੰ ਕੋਈ ਵੀ ਇਕੁਏਸ਼ਨ ਦਿੱਤੀ ਹੋ ਸਕਦੀ ਹੈ ਤੇ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਟਾਈਪ ਹੈ ਇਕੁਏਸ਼ਨ ਦੀ ਠੀਕ ਹੈ ਸੋ ਲਾਸਟ ਵਿੱਚ ਮੈਂ ਤੁਹਾਨੂੰ ਕੁਐਸਚਨ ਦੀ ਪ੍ਰੈਕਟਿਸ ਵੀ ਕਰਵਾਵਾਂਗਾ ਸਭ ਤੋਂ ਪਹਿਲਾਂ ਅਸੀਂ ਕਨਸੈਪਟ ਕਲੀਅਰ ਕਰ ਲਈਏ ਉਸ ਤੋਂ ਬਾਅਦ ਆ ਜਾਂਦਾ ਹੈ ਸਾਡੇ ਕੋਲ ਡਬਲ ਡਿਸਪਲੇਸਮੈਂਟ ਰੈਕਸ਼ਨ ਡਬਲ ਡਿਸਪਲੇਸਮੈਂਟ ਰੈਕਸ਼ਨ ਦੇ ਵਿੱਚ ਕੀ ਹੁੰਦਾ ਜਿਵੇਂ ਦੇਖੋ ਜਿਵੇਂ AB ਕੰਪਾਊਂਡ ਹੈ ਔਰ BC ਕੰਪਾਊਂਡ ਹੈ ਸੋਰੀ CD ਕੰਪਾਊਂਡ ਹੈ ਇਹ ਮਿਲ ਕੇ ਕੀ ਬਣਾਣਗੇ ਇਨਾ ਦੋਨਾਂ ਨੇ ਇੱਕ ਦੂਸਰੇ ਦੇ ਜਿਹੜੇ ਐਲੀਮੈਂਟਸ ਨੇ ਨਾ ਉਹ ਡਿਸਪਲੇਸ ਕਰ ਲੈਣੇ ਨੇ ਜਿਵੇਂ ਏ ਬੀ ਐ ਐਕਸਚੇਂਜ ਕਰ ਲੈਣੇ ਨੇ ਦੇਖੋ ਜਿਵੇਂ ਏ ਬੀ ਐ ਏ ਨੇ ਕੀ ਕੀਤਾ ਬੀ ਨੂੰ ਦੇ ਕੇ ਇਹਦੇ ਕੋਲ ਡੀ ਲੈ ਲਿਆ ਇਹ ਕੀ ਬਣਾਏਗਾ ਏ ਔਰ ਡੀ ਪਲੱਸ ਬੀ ਔਰ ਸੀ ਐਕਸਚੇਂਜ ਕਰ ਲੈ ਇੱਕ ਦੂਜੇ ਦੇ ਐਲੀਮੈਂਟ ਏ ਨੇ ਬੀ ਨੂੰ ਦੇ ਦਿੱਤਾ ਤੇ ਇਹਦੇ ਕੋਲ ਡੀ ਲੈ ਲਿਆ ਤੇ ਸੀ ਨੇ ਡੀ ਇਹਨੂੰ ਦੇ ਕੇ ਦਿੱਤਾ ਬੀ ਲੈ ਲਿਆ ਠੀਕ ਹੈ ਮਤਲਬ ਐਕਸਚੇਂਜ ਕਰ ਲੈ ਜਦੋਂ ਇਦਾਂ ਚੀਜ਼ ਹੋਵੇ ਦੋਨੋਂ ਹੀ ਐਕਸਚੇਂਜ ਕਰ ਰਹੇ ਹੋ ਤਾਂ ਉਦੋਂ ਡਬਲ ਡਿਸਪਲੇਸਮੈਂਟ ਰਿਐਕਸ਼ਨ ਜਿਹੜੀ ਆ ਉਹ ਹੁੰਦੀ ਆ ਠੀਕ ਹੈ ਉਤੋਂ ਬਾਅਦ ਅਸੀਂ ਗੱਲ ਕਰਦੇ ਆ ਕੰਬੀਨੇਸ਼ਨ ਰਿਐਕਸ਼ਨ ਦੀ ਕਿ ਕਿ ਸਾਰੀਆਂ ਟਾਈਪਸ ਦੇ ਬਾਰੇ ਤੁਹਾਨੂੰ ਪਤਾ ਹੋਏਗਾ ਤਾਂ ਹੀ ਤੁਸੀਂ ਦੱਸ ਸਕਦੇ ਹੋ ਕਿ ਇਕੁਏਸ਼ਨ ਦੇ ਵਿੱਚ ਕਿਹੜੀ ਟਾਈਪ ਕਿਹੜੀ ਟਾਈਪ ਹੈ ਜਿਹੜੀ ਠੀਕ ਹੈ ਟਾਈਪ ਤਾਂ ਇਹਨੂੰ ਜੀ ਪਛਾਣ ਪਛਾਣ ਸਕਦੇ ਹੋ ਕਿ ਡਬਲ ਕੰਬੀਨੇਸ਼ਨ ਰਿਐਕਸ਼ਨ ਕੰਬੀਨੇਸ਼ਨ ਰਿਐਕਸ਼ਨ ਦੇ ਵਿੱਚ ਕੀ ਹੈ मैं ये पाबाबी लिख दिना इनू दोहरा विस्थापन और कॉम्बीनेशन ने संयोजन कंबाइन करना ठीक है ये ए कंपाउंड है बी कंपाउंड है सॉरी यौगिक है दो यौगिक मिलते की बनाते एक कंपाउंड बना देंगे ए बी ठीक है जो तो ए चीज़ हो उदो की होएगा रिएक्शन कोल सांबीनेशन नैक्सट है साढ़े कोीकंपोजिशन रिएक्शन ठीक है ये ये की है ए इस चीज़ का उल्ट है ठीक है तुम तो देखो आएगा कि कंप डीकंपोजिशन रिएक्शन कॉम्बीनेशन का उल्ट क्या जाता ठीक है ठीक है ये विघटन हो जाता ठीक है विघटन है, देखो यदा उल्ट मतलब ये होएगा ए बी कोई कंपाइंड हो कंपाउंड होएगा ठीक है जोड़ा कि चेंज हो जाएगा रिएक्शन तो बाद ए प्लस बी दे विच. ये एग्जाम्पल के कलैरिटी हो जाएगी इन कन्सैप्ट फिलहाल तुम इस चीज़ को समझो ठीक है ये चार टाइप्स के रिएक्शन बेसिकली जो इंपोर्टेंट रिएक्शन ने वो है इस चैप्टर के ठीक है तो उसवाडोक्स रिएक्शन देखा होगा रिडॉक्स रिएक्शन नैक्सट है रिडोक्स रिएक्शन रिडॉक्स रिएक्शंस की ਹੁੰਦੇ ਨੇ ਜਿਨ੍ਹਾਂ ਦੇ ਵਿੱਚ ਰਿਡਕਸ਼ਨ ਔਰ ਆਕਸੀਡੇਸ਼ਨ ਦੋਨੋਂ ਹੀ ਹੋ ਰਹੀ ਹੋਣ ਰਿਡਕਸ਼ਨ ਮਤਲਬ ਲਗੂਕਰਨ ਔਰ ਆਕਸੀਡੇਸ਼ਨ ਮਤਲਬ ਆਕਸੀ ਆਕਸੀਕਰਨ ਉਹਨਾਂ ਦੇ ਵਿੱਚ ਰਿਡਕਸ਼ਨ ਔਰ ਆਕਸੀਕਰਨ ਕੀ ਹੁੰਦੇ ਨੇ ਪਹਿਲੇ ਇਹਨਾਂ ਚੀਜ਼ਾਂ ਨੂੰ ਸਮਝ ਲੈਣੇ ਆਂ ਦੇਖੋ ਜਦੋਂ ਆਕਸੀਜਨ ਐਡ ਹੋ ਰਹੀ ਹੋਵੇ ਠੀਕ ਹੈ ਆਕਸੀਜਨ ਐਡ ਹੋ ਰਹੀ ਹੋਵੇ ਔਰ ਹਾਈਡਰੋਜਨ ਰਿਮੂਵ ਹੋ ਰਹੀ ਹੋਵੇ ਉਦੋਂ ਹੁੰਦੀ ਆ ਆਕਸੀਡੇਸ਼ਨ ਔਰ ਜਦੋਂ ਹਾਈਡਰੋਜਨ ਜੁੜ ਰਹੀ ਹੋਵੇ ਔਰ ਆਕਸੀਜਨ ਰਿਮੂਵ ਹੋ ਰਹੀ ਹੋਵੇ तो असं कहने कि रिडक्शन हो रही है एक एग्जाम्पल ना समझते हैं जिमें देखो कार्बन प्लस ऑक्सीजन मिल के बनाते हैं कार्बन डाइऑक्साइड हम ये की हो रहा है ऑक्सीजन जुड़ रही है यद मतलब की हो रही है ऑक्सीडेशन हो रही है ठीक है जो अस उल्ट कर दीए कार्बन डाइऑक्साइड तो अभी कार्बन प्लस प्लस ऑक्सीजन बनाईए तो ये हो रहा है ऑक्सीजन की है ਇੱਥੇ ਇਹਦੇ ਵਿੱਚ ਆਕਸੀਨੇਟਡ ਕਾਰਬਨ ਦੇ ਨਾਲ ਹੈ ਇੱਥੇ ਇਹ ਟੁੱਟ ਗਈ ਇਹਦਾ ਮਤਲਬ ਇੱਥੇ ਕੀ ਹੋ ਰਹੀ ਹੈ ਰਿਡਕਸ਼ਨ ਹੋ ਰਹੀ ਹੈ ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਕਿ ਰਿਡਕ ਰਿਡਕਸ਼ਨ ਤੇ ਆਕਸੀਡੇਸ਼ਨ ਯਾਨੀ ਕਿ ਲਘੂਕਰਨ ਤੇ ਆਕਸੀਕਰਨ ਦੇ ਵਿੱਚ ਕੀ ਡਿਫਰੈਂਸ ਹੈ ਕੁਸ਼ਨ ਬਣ ਸਕਦਾ ਹੈ ਕਿ ਇਹ ਇਟਲੀ ਕੀ ਕਿਰਿਆ ਦੇ ਵਿੱਚ ਆਕਸੀਕਰਨ ਹੋ ਰਹੀ ਹੈ ਜਾਂ ਨਹੀਂ ਠੀਕ ਹੈ ਜਾਂ ਫਿਰ ਕੀ ਹੋ ਰਿਹਾ ਹੈ ਆਕਸੀਕਰਨ ਹੋ ਰਿਹਾ ਹੈ ਜਾਂ ਲਘੂਕਰਨ ਹੋ ਰਿਹਾ ਹੈ ਇਸ ਤੋਂ ਇਲਾਵਾ ਰਿਡੌਕਸ ਦੀ ਜੀ ਗੱਲ ਕਰੀ ਜੇ ਤਾਂ ਜਿਸ ਰਿਐਕਸ਼ਨ ਦੇ ਵਿੱਚ ਲਗੂਕਰਨ ਤੇ ਆਕਸੀਕਰਨ ਦੋਨੋਂ ਹੀ ਹੋ ਰਹੀ ਹੋਣਗੇ ਉਹਨੂੰ ਅਸੀਂ ਕਹਿੰਦੇ ਆ ਰਿਡੌਕਸ ਰਿਐਕਸ਼ਨ ਤੋਂ ਇਲਾਵਾ ਜਿਹੜੀਆਂ ਰਿਐਕਸ਼ਨ ਨੇ ਤੁਸੀਂ ਟਾਈਪਸ ਨੇ ਉਹ ਹੈ ਐਕਸੋਥਰਮਿਕ ਰਿਐਕਸ਼ਨਸ ਐਂਡ ਐਂਡੋਥਰਮਿਕ ਰਿਐਕਸ਼ਨ ਐਕਸੋਥਰਮਿਕ ਮਤਲਬ ਤਾਪ ਨਿਕਾਸੀ ਉਹ ਰਿਐਕਸ਼ਨ ਜਿਨ੍ਹਾਂ ਦੇ ਵਿੱਚ ਰਿਐਕਸ਼ਨ ਤੋਂ ਬਾਅਦ ਪ੍ਰੋਡਕਟ ਦੇ ਨਾਲ ਨਾਲ ਜਿਹੜੀ ਹੀਟ ਹੈ ਉਹ ਵੀ ਪ੍ਰੋਡਿਊਸ ਹੁੰਦੀ ਹੈ ਠੀਕ ਹੈ ਉਹਨਾਂ ਨੂੰ ਅਸੀਂ ਕਹਿੰਦੇ ਆ ਹੀਟ ਪ੍ਰੋਡਿਊਸ ਹੁੰਦੀ ਹੈ ਮਤਲਬ ਰੀਐਕਸ਼ਨ ਦੇ ਦੌਰਾਨ ਜਿਹੜੀ ਆ ਹੀਟ ਨਿਕਲਦੀ ਹੈ ਉਹਨੂੰ ਅਸੀਂ ਕਹਿੰਦੇ ਆ ਤਾਪ ਨਿਕਾਸੀ ਕਿਰਿਆ ਔਰ ਇੰਗਲਿਸ਼ ਕਹਿੰਦੇ ਆ ਐਕਸੋਥਰਮਿਕ ਰੀਐਕਸ਼ਨਸ ਇਹ ਦੀਆਂ ਓਪੋਜ਼ਿਟ ਹੁੰਦੀਆਂ ਨੇ ਐਂਡੋਥਰਮਿਕ ਰੀਐਕਸ਼ਨ ਤਾਪ ਸੋਖੀ ਮਤਲਬ ਜਿਨ੍ਹਾਂ ਨੂੰ ਰੀਐਕਸ਼ਨ ਕਰਨ ਦੇ ਲਈ ਹੀਟ ਦੀ ਲੋੜ ਹੁੰਦੀ ਹੈ ਠੀਕ ਹੈ ਇਹਨਾਂ ਨੂੰ ਕੀ ਆ ਹੀਟ ਦੀ ਨੀਡ ਹੈ ਠੀਕ ਹੈ ਮਤਲਬ ਇਹ ਜਿਹੜੀਆਂ ਰੀਐਕਸ਼ਨਸ ਨੇ ਇਹ ਤਾਪ ਨੂੰ ਸੋਖਣਗੀਆਂ ਠੀਕ ਹੈ ਤਾਪ ਮਿਲਣ ਤੋਂ ਬਾਅਦ ਹੀ ਰੀਐਕਸ਼ਨ ਹੋਏਗੀ ਸੋ ਇਹ ਇੰਪੋਰਟੈਂਟ ਟਾਈਪਸ ਹੈ ਇਨ ਹਨ ਰਿਲੇਟਡ MCQਸ ਬਣ ਸਕਦੇ ਨੇ ਇਤੋ ਇਲਾਵਾ ਕੁਝ ਰਿਐਕਸ਼ਨਸ ਨੇ ਸਾਡੇ ਕੋਲ ਇੰਪੋਰਟੈਂਟ ਜਿਹੜੀਆਂ ਜਿਨ੍ਹਾਂ ਤੋਂ MCQਸ ਬਣ ਸਕਦੇ ਨੇ ਜਾਂ ਜਿਹੜੀਆਂ ਤੁਹਾਨੂੰ NCERT ਬੁੱਕ ਦੇ ਵਿੱਚ ਮਿਲ ਜਾਣਗੀਆਂ ਲਾਈਕ ਜਿਵੇਂ ਹੈਗਾ ਆ AgCl ਠੀਕ ਹੈ ਜਦੋਂ ਇਹ ਇਹਨੂੰ ਅਸੀਂ ਸਨਲਾਈਟ ਮਿਲਦੀ ਹੈ ਤਾਂ ਇਹ ਰਿਐਕਟ ਕਰਕੇ ਬਣਾਉਂਦਾ ਆ Ag ਮਤਲਬ ਸਿਲਵਰ ਪਲੱਸ ਕਲੋਰੀਨ ਠੀਕ ਹੈ ਸਨਲਾਈਟ ਦੇ ਵਿੱਚ ਸੋ ਇਸ ਪ੍ਰੋਸੈਸ ਦੇ ਵਿੱਚ ਕੀ ਹੈ ਕਿ ਜਦੋਂ ਇਹ ਆਰਗਨ ক্লোਰਾਈਡ ਹੈ ਜਿਹੜਾ ਸਿਲਵਰ ਸੌਰੀ ਸਿਲਵਰ ਜਿਹੜਾ ক্লোਰਾਈਡ ਹੈ ਉਹ ਪਹਿਲਾਂ ਕੀ ਹੁੰਦਾ ਆ ਵਾਈਟ ਰੰਗ ਦਾ ਹੁੰਦਾ ਆ ਠੀਕ ਹੈ ਤਾਂ ਰਿਐਕਸ਼ਨ ਤੋਂ ਬਾਅਦ ਉਹਦਾ ਰੰਗ ਕੀ ਹੋ ਜਾਂਦਾ ਹੈ ਗ੍ਰੇ ਸੋ ਇਹ ਕੁਐਸਚਨ ਜਿਹੜਾ ਹੈ ਪੁੱਛਿਆ ਜਾ ਸਕਦਾ ਹੈ ਕਿ ਇਹ ਜਿਹੜਾ ਆਰਗਨ ਸਿਲਵਰ ক্লোਰਾਈਡ ਹੈ ਉਹਦਾ ਰਿਐਕਸ਼ਨ ਹੋਣ ਤੋਂ ਬਾਅਦ ਕਲਰ ਕਿਸ ਤਰ੍ਹਾਂ ਦਾ ਹੋ ਜਾਂਦਾ ਆ ਠੀਕ ਹੈ ਜੇ ਪਹਿਲਾਂ ਉਹਦਾ ਕਲਰ ਕਿਦਾਂ ਦਾ ਹੁੰਦਾ ਆ ਇਹ ਕੁਐਸਚਨ ਪਹਿਲਾਂ ਪੁੱਛਿਆ ਗਿਆ ਆ ਐਂਡਰਸ ਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਕੁਐਸਚਨ ਬਣ ਸਕਦੇ ਆ ਜਿਵੇਂ ਇਲੈਕਟ੍ਰੋਲਿਸਿਸ ਹੈਗਾ ਆ ਠੀਕ ਹੈ ਅਪਘਟਨ ਪਾਣੀ ਦਾ ਅਪਘਟਨ ਇਹਦੇ ਵਿੱਚ ਕੁਐਸਚਨ ਕਿਵੇਂ ਬਣ ਸਕਦਾ ਆ ਤੁਸੀਂ ਪੜ ਚੁੱਕੇ ਹੋ ਪਾਣੀ ਦੇ ਘਟਣ ਬਾਰੇ ਦੇਖੋ ਇਹਦੇ ਵਿੱਚ ਕੁਐਸਚਨ ਕੀ ਬਣ ਸਕਦਾ ਆ ਕਿ ਸਾਨੂੰ ਪਤਾ ਹੈ ਕਿ ਦੋ ਸਾਡੇ ਕੋਲ ਰੋਡਸ ਹੁੰਦੀਆਂ ਆ ਉਹਨਾਂ ਰੋਡਸ ਦੇ ਉੱਤੇ ਜਿਸ ਕੋ ਕੁਐਸਚਨ ਬਣ ਸਕਦਾ ਆ ਕਿ ਹਾਈਡਰੋਜਨ ਜਿਹੜਾ ਆ ਉਹ ਕਿਸ ਤੇ ਹੁੰਦਾ ਆ ਕੈਥੋਡ ਤੇ ਹੁੰਦਾ ਆ ਜਾਂ ਐਨੋਡ ਤੇ ਹੁੰਦਾ ਆ ਸੋ ਜਿਹੜਾ ਹਾਈਡਰੋਜਨ ਹੈ ਉਹ ਕੈਥੋਡ ਤੇ ਹੁੰਦਾ ਆ ਉਹ ਜਿਹੜਾ ਆਕਸੀਜਨ ਹੈ ਉਹ ਐਨੋਡ ਤੇ ਹੁੰਦਾ ਆ ਠੀਕ ਹੈ ਇਹ ਦੋ ਕੁਐਸਚਨ इजीली ਬਣ ਸਕਦੇ ਨੇ ਉਹਤੇ ਲਾਵਾ ਕੋਈ ਲੇਬਲਿੰਗ ਨਾਲ ਰਿਲੇਟਡ ਕੁਐਸਚਨ ਪੁੱਛ ਸਕਦੇ ਨੇ ਠੀਕ ਹੈ ਸੋ ਇਹ ਕੁਐਸਚਨ ਇੰਪੋਰਟੈਂਟ ਹੈ ਇਹਨੂੰ ਚੰਗੇ ਤਰੀਕੇ ਨਾਲ ਧਿਆਨ ਨਾਲ ਦੇਖ ਲੈਣਾ ਆ ਕੀ ਕੀ ਲੱਗਾ ਹੋਇਆ ਆ ਇਸ ਤੋਂ ਇਲਾਵਾ ਬਲੈਂਕਸ ਆ ਸਕਦੀਆਂ ਨੇ ਰਿਐਕਸ਼ਨਸ ਦੀਆਂ ਜਿਵੇਂ ਲਾਸਟ ਟਾਈਮ ਵੀ ਆਈ ਸੀ ਬਲੈਂਕਸ ਜਿਵੇਂ ਸਾਡੇ ਕੋਲ ਕੈਲਸ਼ੀਅਮ ਕਾਰਬੋਨੇਟ ਹੈ ਠੀਕ ਹੈ ਜਦੋਂ ਇਸ ਨੂੰ ਹੀਟ ਦਿੰਨੇ ਆ ਠੀਕ ਹੈ ਜਦੋਂ ਅਸੀਂ ਇਹਨੂੰ ਹੀਟ ਦਿੱਤੀ ਸਾਡੇ ਕੋਲ ਕੀ ਬਣੇਗਾ ਨਾ ਕਾਰਬਨ ਡਾਈਆਕਸਾਈਡ ਤਾਂ ਬਣੇਗੀ ਇੱਥੇ ਕੀ ਆਏਗਾ ਇਹ ਮੇਰੀ ਰਿਐਕਸ਼ਨਸ ਪੁੱਛ ਸਕਦੀ ਨੇ ਸਾਡੇ ਕੋਲ ਹੁਣ ਸਾਨੂੰ ਪਤਾ ਹੈ ਕਿ ਕੈਲਸ਼ੀਅਮ ਕਾਰਬੋਨੇਟ ਹੈ ਹੀਟ ਦਿੱਤੀ ਇੱਕ ਤਾਂ ਕਾਰਬਨ ਡਾਈਆਕਸਾਈਡ ਬਣਗੀ ਹੋਰ ਕੀ ਬਣੇਗਾ ਕੈਲਸ਼ੀਅਮ ਆਕਸਾਈਡ ਵੀ ਬਣੇਗਾ ਨਾਲ ਸੋ ਇਦਾਂ ਦੀਆਂ ਰਿਐਕਸ਼ਨਸ ਜਿਹੜੀਆਂ ਨੇ ਤੁਸੀਂ ਜ਼ਰੂਰ ਦੇਖ ਲੈਣੀਆਂ ਨੇ ਬੁੱਕ ਦੇ ਵਿੱਚੋਂ ਠੀਕ ਹੈ ਜਿਹੜੀਆਂ ਬੁੱਕ ਤੇ ਦਿੱਤੀਆਂ ਨੇ ਉਹ ਜ਼ਰੂਰ ਕਰਨੀਆਂ ਨੇ ਠੀਕ ਹੈ ਸੋ ਇਹ ਕੁਝ ਇੰਪੋਰਟੈਂਟ ਕੁਐਸਚਨਸ ਹੀ ਹੈ ਫਰਸਟ ਲੈਸਨ ਦੇ ਇਤੋਂ ਇਲਾਵਾ ਤੁਹਾਨੂੰ ਜਿਹੜਾ ਟੈਸਟ ਹੈ ਉਹ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਏਗਾ ਫਰਸਟ ਚੈਪਟਰ ਦਾ ਟੈਸਟ ਜਿਹੜਾ ਆ ਉਹ ਰਾਤੀ ਅਪਲੋਡ ਕਰ ਦਿੱਤਾ ਜਾਏਗਾ ਤਾਂ ਤੁਸੀਂ ਸਾਰਿਆਂ ਨੇ ਟੈਸਟ ਇਮਾਨਦਾਰੀ ਨਾਲ ਦੇਣਾ ਹੈ ਵੀਡੀਓ ਨੂੰ ਸਮਝ ਸਕਦੇ ਹੋ ਠੀਕ ਹੈ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਥੈਂਕ ਯੂ ਫॉर ਵਾਚਿੰਗ ਕੀਪ ਸਬਸਕ੍ਰਾਈਬਿੰਗ ਅ ਚੈਨਲ